ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀਪੀ ਤੇ ਤੀ ਦੇ ਪਏ ਹੋ ਜੀ ਮੇਰਾ ਨਾ ਡੀਪੀਸੀ ਪੰਜਾਬੀ ਤੇ ਲਗਾਤਾਰ ਅਸੀਂ ਗੁਰਦਾਸਪੁਰ ਤੋਂ ਚਲਦੇ ਹੋਏ ਜੌੜਾ ਸਤਰਾਵਲ ਨੂੰ ਚਲਦੇ ਪਏ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਦੋ ਸਾਡੇ ਪੜਾਅ ਦੇਖ ਲਏ ਨੇ ਪਿਛਲੀਆਂ ਖਬਰਾਂ ਦੇ ਵਿੱਚ ਤੇ ਹੁਣ ਅਸੀਂ ਪਹੁੰਚੇ ਜੀ ਨਾਰਪੁਰ ਨਾਰਪੁਰ ਵੀ ਇੱਕ ਜਿਹੜਾ ਆ ਪਲੇਟਫਾਰਮ ਲੰਗਰ ਵਾਸਤੇ ਬਾਰ ਬਾਰ ਜਿਹੜਾ ਦੱਸਿਆ ਜਾ ਰਿਹਾ ਤੁਹਾਨੂੰ ਕਿ ਖੰਡਿਆਲਾ ਸੈਣੀਆ ਤੋਂ ਜਿਹੜਾ ਸੰਗਿਆ ਉਹ ਚੱਲ ਕੇ ਪਹੁੰਚਦਾ ਡੇਰਾ ਬਾਬਾ ਨਾਨਕ 1 ਤਰੀਕ ਨੂੰ 104 ਕੇ 4 ਤਰੀਕ ਨੂੰ ਡੇਰਾ ਬਾਬਾ ਨਾਨਕਾ ਚੋਲਾ ਸਾਹਿਬ ਦੇ ਮੇਲੇ ਤੇ ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਨੇ ਰਸਤੇ ਦੇ ਵਿੱਚ ਜਿਹੜਾ ਥਾਂ ਥਾਂ ਤੇ ਜਿਹੜਾ ਸੰਗ ਦੀ ਆ ਸੰਗਤਾਂ ਦਾ ਜਿਹੜਾ ਸਵਾਗਤ ਕਰਨ ਵਾਸਤੇ ਵੱਖ-ਵੱਖ ਪਿੰਡਾਂ ਵੱਲੋਂ ਜਿਹੜੇ ਲੰਗਰ ਲਗਾਏ ਜਾਂਦੇ ਨੇ ਉਸੇ ਤਰ੍ਹਾਂ ਹੀ ਇੱਥੇ ਨਰਪੁਰ ਦੇ ਵਿੱਚ ਵੀ ਇੱਕ ਜਿਹੜਾ ਰੋਡ ਦੇ ਉੱਤੇ ਜਿਹੜਾ ਆ ਲੰਗਰ ਲੱਗਿਆ ਹੋਇਆ ਆ ਤੇ ਸੇਵਾਦਾਰ ਜਿਹੜੇ ਸੇਵਾ ਨਿਭਾ ਰਹੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਗਿਆ ਨੇ ਤੇ ਸਾਡੇ ਨਾਲ ਕੁਝ ਸੰਗਤਾਂ ਜੁੜੀਆਂ ਪਈਆਂ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਤੇ ਕਿਵੇਂ ਤੇ ਕਿੰਨੇ ਦਿਨਾਂ ਤੋਂ ਜਿਹੜਾ ਇਹਨਾਂ ਨੇ ਆਰੰਭ ਕੀਤੇ ਹੋਏ ਨੇ ਲੰਗਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿੰਨੇ ਦਿਨਾਂ ਤੋਂ ਲੰਗਰ ਚੱਲ ਰਿਹਾ ਆਪਣਾ ਕੱਲ ਤੋਂ ਚੱਲ ਰਿਹਾ ਜੀ ਠੀਕ ਹੈ ਤੇ ਅੱਜ ਤੇ ਕੱਲ ਚਲੇਗਾ ਤਿੰਨ ਦਿਨਾਂ ਦਾ ਮੇਰੇ ਚਲੇਗਾ ਤਿੰਨ ਦਿਨ ਚਲੇਗਾ ਤਿੰਨ ਦਿਨ ਜਿਹੜਾ ਇਹ ਲੰਗਰ ਜੀ ਲਗਾਤਾਰ ਚੱਲੇਗਾ ਤੇ ਕੱਲ ਤੋਂ ਜਿਹੜੇ ਲੰਗਰ ਚੱਲ ਰਹੇ ਨੇ ਸਾਡੇ ਨਾਲ ਸੇਵਾਦਾਰ ਬੀਬੀ ਜੀ ਨੇ ਬੀਬੀ ਜੀ ਦੇ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸਿਰ ਗੁਰੂ ਨਾਨਕ ਪਾਸ਼ਾ ਦੇ ਚੋਲੇ ਦੇ ਮੇਲੇ ਤੇ ਸੰਗਤਾਂ ਜੁੜੀਆਂ ਨਰਪੁਰ ਦੀਆਂ ਕੱਲ ਆਪਣੇ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਇੱਥੇ ਖੁੱਲੇ ਪੰਡਾਲ 'ਚ ਸ ਵਾਸਤੇ ਇੱਥੇ ਡਟੇ ਰਹਿਣਾ ਵਾ ਨੌਜਵਾਨ ਪੀੜੀ ਨੇ ਬੜਾ ਉਤਮ ਕੀਤਾ ਸਾਡੇ ਨਾਲ ਇਸ ਕਰਕੇ ਅਸੀਂ ਚਾਹੁੰਦੇ ਆ ਸੱਚੇ ਪਾਤਸ਼ਾਹ ਦੇ ਅਗੇ ਪਿਹਾਰ ਸਾਲ ਹੀ ਇਸੇ ਤਰ੍ਹਾਂ ਸਾਡੇ ਪੰਡਾਲ ਜਿਹੜੇ ਆ ਉਹ ਡਟੇ ਰਹਿਣ ਤੇ ਸੰਗਤਾਂ ਗੁਰੂ ਵਾਲੀਆਂ ਬਣ ਕੇ ਗੁਰੂ ਦੇ ਚਰਨਾਂ ਚੁਲਾਹਾ ਖੱਟਦੀਆਂ ਰਹਿਣ ਨਾਮ ਬਾਣੀ ਦੀ ਸੀਸ ਰਾਤ ਨੂੰ ਰਹਿਰਾਸ ਸੁਖਮਨੀ ਸਾਹਿਬ ਦੇ ਪਾਠ ਇੱਥੇ ਸਾਰੇ ਮਹਾਰਾਜ ਦੇ ਕਿਰਪਾ ਦੇ ਨਾਲ ਇੱਥੇ ਮਤਲਬ ਸਵਾਵਾ ਜੜੀਆਂ ਵਾ ਉਹ ਕਰਨੀਆਂ ਸ਼ੁਰੂ ਕੀਤੀਆਂ ਆ ਅਸੀਂ ਚਾਹੁੰਦੇ ਆ ਕਿ ਅੱਗੇ ਤੋਂ ਹੋਰ ਵੀ ਸੰਗਤਾਂ ਜੜੀਆਂ ਆ ਲਾਗੇ ਦੇ ਪਿੰਡਾਂ ਵਾਲੀਆਂ ਵੀ ਇੱਥੇ ਸਾਡਾ ਪੰਡਾਲ ਜਿਹੜਾ ਆ ਅੱਡਾ ਜਿਹੜਾ ਆ ਸਾਡਾ ਪੱਕਾ ਹੋਣਾ ਚਾਹ ਰਿਹਾ ਜਦਾਵਾ ਗੁਰੂ ਦੀ ਕਿਰਪਾ ਨਾਲ ਸਾਡੇ ਜਿਹੜੇ ਨੌਜਵਾਨ ਸਿੱਖ ਪੀੜੀ ਆ ਅਜੇ ਗੁਰੂ ਤੋਂ ਪਤ ਤਵਾ ਉਹਨਾਂ ਨੂੰ ਅਸੀਂ ਆਪਣੇ ਪ੍ਰੇਰ ਕੇ ਆਪ ਨਰਪੁਰ ਦੀਆਂ ਬੀਬੀਆਂ ਖਾਸ ਕਰਕੇ ਅੱਗੇ ਲਾ ਕੇ ਅਸੀਂ ਅੱਗੇ ਹੋਰ ਵੀ ਜਿਹੜੇ ਜਿਹੜੇ ਸਮਾਗਮ ਉਹ ਕਰਦੀਆਂ ਆ ਰਹੀਆਂ ਆ ਤੇ 17 ਆ ਬੰਦਿਆਂ ਨੇ ਨਰਪੁਰਦਿਆਂ ਨੇ ਨਵੇਂ ਸਰੂ ਅਮਰਤ ਵੀ ਛਕਾਇਆ ਆ ਅਈ ਹੋਰ ਵੀ ਇਹਨਾ ਸਿੰਘਾਂ ਨੂੰ ਇਹਨਾ ਬੱਚਿਆਂ ਨੂੰ ਨਾਲ ਲਾ ਕੇ ਅਮਰਤ ਦੀਆਂ ਦਾਤਾਂ ਵੱਲੋਂ ਪ੍ਰੇਰਣ ਦੇ ਆ ਕਿ ਅਮਰਤ ਛਾ ਕੇ ਗੁਰੂ ਦੀਆਂ ਇਸੇ ਤਰ੍ਹਾਂ ਸਵਾਵਾ ਕਰੋ ਕਿਉਂਕਿ ਜਿਉਂ ਕੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਸਾਡੀ ਹਰੀਪੂਰੀ ਹੋਵੇ ਤੇ ਗੁਰੂ ਦੀ ਸਿੱਖੀ ਪ੍ਰਚਾਰ ਕਰਨ ਨਾਮ ਬਾਣੀ ਜਪਣ ਤੇ ਗੁਰੂ ਸਾਹਿਬ ਦੇ ਨਾਮ ਦੀਆਂ ਚੜ੍ਹਦੀਆਂ ਕਲਾ ਹੋਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੀਬੀ ਜੀ ਬੀਬੀ ਜੀ ਇੱਕ ਮਿੰਟ ਇੱਕ ਮਿੰਟ ਜਿਹੜੇ ਬੱਚੇ ਅੱਜ ਸਾਡੇ ਭਟਕ ਰਹੇ ਨੇ ਰਾਤੋਂ ਰਾਏ ਕਰਾਏ ਹੋ ਕੇ ਨਸਿਆਂ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਉਹਨਾਂ ਬੱਚਿਆਂ ਨੂੰ ਕੀ ਸਨਾਹ ਦੇਣਾ ਚਾਹੋਗੇ ਅਸੀਂ ਉਹਨਾਂ ਬੱਚਿਆਂ ਨੂੰ ਸਨਾਹ ਦਿੰਨੇ ਆ ਪਹਿਲਾਂ ਸਭ ਤੋਂ ਗੁਰੂ ਦੀ ਸੀਸ ਲੈ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੀ ਸਿੱਖੀ ਧਾਰਨ ਕਰਕੇ ਤੇ ਗੁਰੂ ਦੀ ਕਲਾਸ ਵਿੱਚ ਪਹਿਲਾਂ ਬਹਿਣਗੇ ਉਸ ਤੋਂ ਬਾਅਦ ਗੁਰੂ ਦੀ ਸੰਗਤ ਕਰਕੇ ਸੱਚੇ ਸੰਗਤਾਂ ਦੀ ਮਹਾਪੁਰਸ਼ਾਂ ਦੀ ਚੰਗੀ ਸੰਗਤ ਕਰਕੇ ਉਹਨਾਂ ਕੋ ਚੰਗੀ ਸਿੱਖਿਆ ਲੈ ਕੇ ਗਾੜੀ ਆਉਣ ਵਾਲੇ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਵੀ ਪਿੰਡੋ ਪਿੰਟੀ ਮਹਾਪੁਰਸ਼ ਤਨ ਤਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਦੀਆਂ ਸੰਗਤਾਂ ਜਿਹੜੀਆਂ ਆ ਉਹ ਪਿੰਡੋਂ ਪਿੰਡੀ ਨਾਮ ਚ ਪਾਉਣ ਡਈਆਂ ਆ ਇੱਕ ਘੰਟੇ ਤੋਂ ਲਗਾਤਾਰ 200 300 ਪਿੰਡ ਦੇ ਲਗਾਤਾਰ ਉਹ ਸਿਮਰਨ ਕਰਾ ਕੇ ਛੋਟੇ ਛੋਟੇ ਬੱਚਿਆਂ ਨੂੰ ਵੀ ਆਪਣੀ ਪਨੀਰੀ ਨੂੰ ਉਹ ਹਰਿਆ ਕਰਨ ਦੇ ਆ ਸਭ ਤੋਂ ਮਤਲਬ ਇਹੀ ਆ ਸਾਡਾ ਮੋੜ ਕਿ ਅਸੀਂ ਪਹਿਲਾਂ ਖੰਡੇ ਬਾਟੇ ਦੀ ਪੌਲ ਛੱਕ ਕੇ ਪਹਿਲਾਂ ਸਿੱਖੀ ਧਾਰਨ ਕਰਕੇ ਫਿਰ ਆਪਾਂ ਗੁਰੂ ਸਾਹਿਬ ਦੇ ਜਿਹੜੇ ਇਹ ਰਸਤੇ ਇਹਨਾਂ ਸੜਕਾਂ ਤੇ ਅਸੀਂ ਚੜਨਾ ਜਿਹੜੇ ਆ ਇਹ ਸ਼ੁਰੂ ਕਰਾਂਗੇ ਕਿਉਂਕਿ ਸਭ ਤੋਂ ਵੱਡੀ ਦਾਤ ਜਿਹੜੀ ਪਹਿਲਾਂ ਗੁਰੂ ਆਲੇ ਬਣਨਾ ਅੱਜ ਇੱਕ ਵੱਡਾ ਹਜੂਮ ਜਿਹੜਾ ਆ ਸੰਗਤ ਦੇ ਰੂਪ ਦੇ ਵਿੱਚ ਇੱਥੋਂ ਦੀ ਲੰਘਦਾ ਆ ਸੰਗਤ ਬਹੁਤ ਜ਼ਿਆਦਾ ਹੁੰਦੀ ਏ ਜਿਹਦੇ ਵਿੱਚ ਕੁਝ ਜਿਹੜੇ ਆ ਫੁਕਰੇ ਫੁਕਰੇ ਬੱਚੇ ਫੁਕਰੇ ਜਿਹੜੇ ਮੁੰਡੇ ਨੇ ਉਹ ਗਲਤ ਕਰ ਕਰਦੇ ਨੇ ਟਰੈਕਟਰਾਂ ਦੇ ਉੱਤੇ ਜਿਹੜੀਆਂ ਨੇ ਵੱਡੇ ਵੱਡੇ ਸਪੀਕਰ ਜਾਂ ਹੂਟਰ ਬਾਜੀ ਜਾਂ ਵੱਡੇ ਵੱਡੇ ਹਾਰਨ ਲਵਾ ਕੇ ਮੋਟਰਸਾਈਕਲਾਂ ਦੇ ਉੱਤੇ ਮੋਟਰਸਾਈਕਲਾਂ ਦੇ ਪਟਾਕੇ ਜਿਹੜੇ ਵਜਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਹੈ ਕਿ ਸਭ ਕੁਝ ਗਲਤ ਆ ਜਦੋਂ ਗੁਰੂ ਦੀ ਜ਼ਾਦਾ ਹੋਵੇ ਤੇ ਗੁਰੂ ਦੀ ਸੰਗਤ ਵਿੱਚ ਅਸੀਂ ਆਉਣਾ ਨਾ ਉਹਨਾਂ ਮਹਾਂਪੁਰਖਾਂ ਦੀ ਸੇਧ ਲੈ ਕੇ ਤੇ ਉਹਨਾਂ ਦੀ ਸਿੱਖਿਆ ਤੇ ਚੱਲਣਾ ਕਿਉਂ ਵੀ ਇਸੇ ਤਰ੍ਹਾਂ ਦੀ ਚੋਰੀ ਠੱਗੀ ਜਿਹੜੇ ਆਪਾਂ ਰੌਲਾ ਰੱਪਾ ਇਹਨਾਂ ਚੀਜ਼ਾਂ ਨੂੰ ਮੇਲੇ ਦੇ ਰੂਪ ਚ ਆਉਂਦੇ ਆ ਇਹ ਮੇਲਾ ਨਹੀਂ ਆ ਇਹ ਸੱਚੀ ਸੰਗਤ ਆ ਸੱਚੀ ਸੰਗਤ ਦਾ ਦਾਤ ਗੁਰੂ ਨਾਨਕ ਸਾਹਿਬ ਦਾ ਚੋਲਾ ਆ ਚੋਲੇ ਦੇ ਮੇਲੇ ਤੇ ਜਾਂਦੇ ਆ ਜੋ ਵੀ ਸੰਗਤਾਂ ਆਪਣੀਆਂ ਸ਼ਰਧਾ ਭਾਵਨਾ ਨਾਲ ਹੁੰਦੀਆਂ ਆ ਤੇ ਜੋ ਵੀ ਅਰਦਾਸਾਂ ਕਰਾਉਂਦੀਆਂ ਉਹਨਾਂ ਦੀਆਂ ਜਿਹੜੀਆਂ ਅਰਦਾਸਾਂ ਇਹ ਫਤਿਹ ਹੁੰਦੀਆਂ ਵਾ ਇਸ ਕਰਕੇ ਇਹ ਰੌਲਾ ਰੱਪਾ ਜਿਹੜੀ ਆ ਮਾੜੀ ਸੰਗਤਾਂ ਚੋਰੀ ਠਗੀ ਜੋ ਵੀ ਆ ਇਹ ਨਹੀਂ ਹੋਣੀ ਚਾਹੀਦੀ ਬਹੁਤ ਵਧੀਆ ਬੀਬੀ ਜੀ ਨੇ ਬਹੁਤ ਵਧੀਆ ਕਿਹਾ ਕਿ ਜਿਹੜੀਆਂ ਚੋਰੀਆਂ ਠਗੀਆਂ ਕਰਨ ਵਾਲੇ ਨੇ ਜਾਂ ਜਿਹੜੇ ਗਲਤ ਅਨਸਰ ਜਿਹੜੇ ਸੰਗਤ ਦੇ ਵਿੱਚ ਰਲ ਜਾਂਦੇ ਨੇ ਤੇ ਹੂਟਰ ਬਾਜੀ ਜਾਂ ਗਲਤ ਕਰਦੇ ਨੇ ਉਹਨਾਂ ਨੂੰ ਜਿਹੜਾ ਆ ਇਦਾਂ ਨਹੀਂ ਕਰਨਾ ਚਾਹੀਦਾ ਗੁਰੂ ਨਾਲ ਜੁੜੋ ਗੁਰੂ ਨਾਲ ਜੁੜ ਕੇ ਜਿਹੜਾ ਆ ਨਸਿਆਂ ਤੋਂ ਬਚੋ ਤੇ ਆਪਣੀ ਜਿਹੜੀ ਇਹ ਪੀਡੀਏ ਇਹਨਾਂ ਨੂੰ ਬਚਾ ਲਓ ਬੀਬੀ ਜੀ ਹੋਰ ਕੁਝ ਕਹਿਣਾ ਚਾਹੁੰਦੇ ਨਹੀਂ ਮੈਂ ਇਹ ਕਹਿਨੀ ਆ ਕੇ ਆਪਦੇਸ਼ ਜਿਹੜਾ ਸਾਡੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਦਾ ਚੌਂ ਵਰਨਾ ਦਾ ਸੰਝਾ ਚੌਂਆ ਵਰਨਾ ਦੀ ਸਾਰੀ ਜੋ ਵੀ ਹਿੰਦੂ ਸਿੱਖ ਮੁਸਲਮ ਈਸਾਈ ਸਾਰੇ ਵੀ ਸਾਡੇ ਗੁਰੂ ਨਾਨਕ ਸਾਹਿਬ ਜੀ ਕੰਡੇ ਬਾਟੇ ਦੀ ਪੋਲ ਛੱਕ ਕੇ ਤੇ ਆਪਣੇ ਗੁਰੂ ਵਾਲੇ ਬਣ ਕੇ ਇਹ ਜਿਹੜੀ ਚੀਜ਼ ਆਪਣਾ ਜਨਮ ਜਿਹੜਾ ਉਹ ਸਫਲਾ ਕਰ ਸਕਦੀ ਹੈ ਤਹਾਡੀ ਗੱਲ ਤੋਂ ਇੱਕ ਸਵਾਲ ਨਿਕਲ ਕੇ ਆਉਂਦਾ ਆ ਕਿ ਬਹੁਤ ਜ਼ਿਆਦਾ ਜਿਹੜਾ ਆ ਇਸ ਟਾਈਮ ਧਰਮਾਂ ਦੇ ਵਿੱਚ ਰੌਲਾ ਪਿਆ ਹੋਇਆ ਆ ਕਿਤਨੇ ਕਿਤੇ ਜਿਹੜੀ ਸਾਡੀ ਪਰਿਵਾਰਕ ਸਾਂਝ ਆ ਜਾਂ ਸਾਡੀ ਸਮਾਜਿਕ ਸਾਂਝ ਆ ਟੁੱਟਦੀ ਜਾ ਰਹੀ ਏ ਕੋਈ ਸਮਾਜੀ ਜਦੋਂ ਅਸੀਂ ਸਾਰੇ ਧਰਮ ਇਕੱਠੇ ਰਲ ਮਿਲ ਕੇ ਕਾਰੇ ਕਰਦੇ ਸੀ ਹੁਣ ਅਸੀਂ ਟੁੱਟਦੇ ਜਾ ਰਹੇ ਆ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹਦੇ ਤੇ ਕਹਿਣਾ ਚਾਹੁੰਦੇ ਪਸਾਰ ਇੱਕ ਨੂੰ ਆਪ ਆਪਣੇ ਧਰਮਾਂ ਤੇ ਪੱਕਿਆਂ ਰਹਿਣਾ ਚਾਹੀਦਾ ਸਿੱਖ ਜਿਹੜੀ ਆ ਜੀਵ ਇਹ ਆਪਣੇ ਸਿੱਖੀ ਤੇ ਪੱਕੇ ਰਹਿਣ ਆਪਣੇ ਗੁਰੂ ਦੇ ਪੱਕੇ ਰਹਿਣ हिंदू मुस्लिम जो भी आ बाकी ਜਿਹੜੇ ਉਹ ਵੀ ਆਪ ਆਪਣੇ ਧਰਮ ਤੇ ਪੱਕੇ ਰਹਿਣ ਆਪਣੇ ਧਰਮ ਤੇ ਪੱਕੇ ਰਹਿ ਕੇ ਉਹ ਜਿਹੜੇ ਸੱਚੇ ਉਪਦੇਸ਼ ਆ ਸੱਚ ਨੂੰ ਅੱਗੇ ਵਧਾਵੇ ਝੂਠ ਨੂੰ ਨਾਸ ਕਰੇ ਠਗੀਆਂ ਨੂੰ ਨਾਸ ਕਰੇ ਆਪ ਆਪਣੀ ਕਲਾਸਾਂ ਚ ਬਹਿ ਕੇ ਆਪ ਆਪਣੇ ਗੁਰੂ ਦਾ ਜਿਹੜਾ ਵਾ ਉਹ ਨਾਮ ਜਪੀ ਬਹੁਤ ਵਧੀਆ ਗੱਲ ਕੀਤੀ ਬੀਬੀ ਜੀ ਨੇ ਕਿ ਜ਼ਰੂਰੀ ਨਹੀਂ ਹੈ ਕਿ ਆਪਾਂ ਇੱਕ ਧਰਮ ਤੋਂ ਦੂਜੇ ਧਰਮ ਦੇ ਵਿੱਚ ਜੰਪ ਕਰਕੇ ਜਾਣਾ ਆ ਜੇਕਰ ਅਸੀਂ ਗੁਰੂ ਵਾਲੇ ਬਣਨਾ ਆ ਗੁਰੂ ਕਿਸੇ ਵੀ ਧਰਮ ਦਾ ਕੋਈ ਵੀ ਹੋ ਸਕਦਾ ਆ ਕਿਉਂ ਨਾ ਆਪਾਂ ਆਪਣੇ ਧਰਮ ਦੇ ਵਿੱਚ ਪੱਕੇ ਰਹੀਏ ਤਾਂ ਕਿ ਆਪਣੇ ਨਾਲ ਜੁੜੇ ਲੋਕਾਂ ਨੂੰ ਅਸੀਂ ਚੰਗੀ ਸਿਹਤ ਦੇ ਸਕੀਏ ਚੰਗੇ ਸੰਸਕਾਰ ਦੇ ਸਕੀਏ ਤੇ ਗੁਰੂ ਵਾਲੇ ਬਣੋ ਕਿਸੇ ਵੀ ਧਰਮ ਦੇ ਵਿੱਚ ਰਵੋ ਆਪਣੇ ਧਰਮ ਦੇ ਪੱਕੇ ਰਵੋ ਤੇ ਜਿਹੜੇ ਸਾਡੇ ਸਿੱਖ ਵੀਰ ਨੇ ਉਹ ਵੀ ਆਪਣੇ ਧਰਮ ਦੇ ਵਿੱਚ ਪੱਕੇ ਰਹਿ ਕੇ ਆਪਣੇ ਧਰਮ ਦੀ ਜਿਹੜੀ ਇਹ ਸੇਵਾ ਕਰਨ ਤਾਂ ਕਿ ਜਿਹੜਾ ਸਾਡਾ ਇਹ ਧਰਮ ਆ ਉਹ ਗਾਂ ਦੀ ਗਾਂ ਵੱਧ ਸਕੇ ਤੇ ਸਾਰੇ ਲੋਕ ਗੁਰੂ ਵਾਲੇ ਬਣ ਕੇ ਮਾੜੇ ਕੰਮਾਂ ਤੋਂ ਜਿਹੜੇ ਆ ਦੂਰ ਹੋ ਸਕਣ ਸਾਡੇ ਨਾਲ ਛੋਟੇ-ਛੋਟੇ ਬੱਚੇ ਵੀ ਇੱਥੇ ਖੜੇ ਨੇ ਆਪਾਂ ਬੱਚਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬੱਚੇ ਅੱਜ ਇੱਥੇ ਸੇਵਾ ਦੇ ਵਿੱਚ ਆਏ ਹੋਏ ਆ ਤੇ ਬੱਚੇ ਕੀ ਕਹਿਣ ਜਾਂਦਾ ਹਾਂਜੀ ਪੁੱਤ ਬੋਲੋ ਕਾ ਨਾਮ ਅਸੀਂ ਰਾਤ ਨੂੰ ਨਾਮ ਜਪਦੇ ਆ ਗੁਰਦੁਆਰਾ ਸਾਹਿਬ ਤੇ ਉੱਥਿਆਂ ਨੂੰ ਨਾਮ ਰੋਜ਼ ਸਿਮਰਨ ਵੀ ਹੁੰਦਾ ਹੈ ਹਾਂਜੀ ਤੇ ਉੱਥੇ ਜਥੇ ਨਸ਼ਕਾਮ ਗੀਤ ਨਹੀਂ ਜਥੇ ਵਾਲੇ ਕਰਾਉਂਦੇ ਆ ਤੇ ਉੱਥੇ ਸਿਮਰਨ ਆਪਾਂ ਵੀ ਕਰਦੇ ਆ ਜਾ ਕੇ ਹਰ ਰੋਜ਼ ਮੰਮੀ ਪਾਪਾ ਕਹਿੰਦੇ ਵੀ ਜਾਓ ਜਾ ਕੇ ਪਾਠ ਕਰੋ ਹਾਂਜੀ ਮੰਮੀ ਪਾਪਾ ਲੈ ਕੇ ਜਾਂਦੇ ਆ ਹਾਂਜੀ ਤੇ ਤੁਹਾਨੂੰ ਚੰਗਾ ਲੱਗਦਾ ਜਾ ਕੇ ਗੁਰਦੁਆਰਾ ਸਾਹਿਬ ਬਹੁਤ ਚੰਗਾ ਲੱਗਦਾ ਹੈ ਹੋਰ ਜਿਹੜੇ ਤੁਹਾਡੇ ਵਰਗੇ ਬੱਚੇ ਆ ਉਹਨਾਂ ਨੂੰ ਵੀ ਤੁਸੀਂ ਕਹਿਣਾ ਜਾਓਗੇ ਵੀ ਗੁਰਦੁਆਰਾ ਸਾਹਿਬ ਆਇਆ ਕਰੋ ਹਾਂਜੀ ਆਪਾਂ ਹੋਰ ਬੱਚਿਆਂ ਨੂੰ ਵੀ ਕਹਿਣਾ ਚਾਹਾਂਗੇ ਵੀ ਤੁਸੀਂ ਗੁਰਦੁਆਰਾ ਸਾਹਿਬ ਆ ਬੱਚੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਆ ਕੇ ਬੱਚੇ ਜਿਹੜੇ ਆ ਕਿਉਂਕਿ ਐਡੇ ਬੱਚਿਆਂ ਨੂੰ ਹੀ ਜੇਕਰ ਅਸੀਂ ਗੁਰੂ ਮਾਰਾ ਨਾਲ ਜੋੜਦੇ ਆ ਗੁਰੂ ਮਾਰਾ ਨਾਲ ਜੋੜ ਕੇ ਜੇਕਰ ਅਸੀਂ ਬੱਚਿਆਂ ਨੂੰ ਅੱਗੇ ਵਧਾਉਂਦੇ ਆ ਤੇ ਕਿਤਨਾ ਕਿਤੇ ਜਿਹੜਾ ਸਾਡੇ ਕੰਮ ਆ ਉਹ ਸਫਲ ਹੋ ਜਾਂਦੇ ਨੇ ਤੇ ਇਸ ਟਾਈਮ ਅਸੀਂ ਨਰਪੁਰ ਦੀਆਂ ਸੰਗਤਾਂ ਦੇ ਨਾਲ ਨੂੰ ਰੂਬਰੂ ਕਰਾ ਰਹੇ ਆ ਨਰਪੁਰ ਦੀ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਲੰਗਰਾਂ ਦੀ ਸੇਵਾ ਕਰਦੀਆਂ ਪਈਆਂ ਨੇ ਮੈਟਾਡਾ ਆਪਣਾ ਧਰਮਜੀਤ ਡੀਪੀ ਡੀਪੀਸੀ ਪੰਜਾਬੀ ਅਵਨਾਸ਼ ਕੁਮਾਰ ਕੈਮਰਾਮੈਨ ਦੇ